ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਆਪਾਂ ਇੱਥੇ ਠੀਕ ਠਾਕ ਆ। ਕੱਲ ਆਪਾਂ ਨੇ ਬਣਾਇਆ ਸੀ ਦੇਸੀ ਘਿਓ ਮਲਾਈ ਦੇ ਉੱਤੋਂ, ਤੇ ਆਪਾਂ ਨੇ ਦੱਸਿਆ ਸੀ ਵੀ ਇਹਦੇ ਵਿੱਚੋਂ ਹੀ ਆਪਾਂ ਇੱਕ ਹੋਰ ਨਵੀਂ ਰੈਸਪੀ ਕੱਢਾਂਗੇ, ਤੇ ਉਹ ਆਪਾਂ ਨੇ ਸਾਰਾ ਪ੍ਰੋਸੀਜਰ ਤਿਆਰ ਕਰਕੇ ਰੱਖਿਆ ਹੋਇਆ। ਘਿਓ ਆਪਾਂ ਨੇ ਕੱਲ ਬਣਾ ਲਿਆ ਸੀ, ਤੁਹਾਨੂੰ ਦਿਖਾਤਾ ਸੀ, ਤੇ ਪੁਣ ਕੇ ਆਪਾਂ ਨੇ ਉਹ ਡੱਬੇ ਦੇ ਵਿੱਚ ਪਾਤਾ। ਆਪਾਂ ਤੁਹਾਨੂੰ ਦਿਖਾ ਵੀ ਸਕਦੇ ਹਾਂ, ਦੇਖੋ ਕਿੰਨਾ ਸਾਫ ਕਲੀਅਰ, ਕੁਛ ਨਹੀਂ ਹੈਗਾ ਵਿੱਚ ਇਹਦੇ, ਕਿਉਂਕਿ ਇੱਦਾਂ ਬਣਾਉਣ ਨਾਲ ਤੁਹਾਡੇ ਦੋ ਕੰਮ ਬਣ ਜਾਂਦੇ ਨੇ। ਤੇ ਉਹ ਸੀ ਆਪਣਾ, ਤੇ ਜਿੱਦਾਂ ਇੱਕ ਤਾਂ ਜਦੋਂ ਆਪਾਂ ਨੇ ਰਿੜਕਿਆ ਉਹਦੇ ਵਿੱਚ ਨੀਚੇ ਲੱਸੀ ਦੁੱਧ ਜਿਹਾ ਬਚ ਜਾਂਦਾ, ਤੇ ਉਹਨੂੰ ਆਪਾਂ ਨੇ ਲੱਸੀ, ਕਿਉਂਕਿ ਪਹਿਲੇ ਦਹੀਂ ਪਾਇਆ ਹੋਇਆ ਸੀ, ਉਹ ਪਾ ਕੇ ਫਟਾ ਲਿਆ, ਤੇ ਬਾਕੀ ਜਿਹਨੂੰ ਜਿਹੜਾ ਆਪਾਂ ਨੇ ਕਿ ਉਹ ਗਰਮ ਕੀਤਾ ਸੀਗਾ, ਜਿਹੜੀਆਂ ਉਹਦੇ ਵਿੱਚ ਛਿੱਟੀਆਂ ਹੁੰਦੀਆਂ ਨੇ, ਤੇ ਬਾਕੀ ਉਹ ਰਹੇ। ਇਹ ਭੁਰਜੀ ਇੰਨੀ ਜ਼ਿਆਦਾ ਸਵਾਦ ਬਣਦੀ ਆ, ਤੁਹਾਨੂੰ ਇੱਦਾਂ ਹੀ ਲੱਗਦੀ ਵੀ ਤੁਸੀਂ ਜਿੱਦਾਂ ਪਨੀਰ ਦੀ ਸਬਜ਼ੀ ਖਾਧੀ ਹੈ। ਅਤੇ ਹੁਣ ਆਪਾਂ ਇਹਨੂੰ ਪੁਣ ਲੈਂਦੇ ਹਾਂ। ਇੰਨਾ ਪਨੀਰ ਤਾਂ ਕਿਤੋਂ ਘਿਓ ਚੋਂ ਨਹੀਂ ਨਿਕਲਦਾ ਹੈਗਾ ਜਿੰਨਾ ਸਾਰੀ ਪਨੀਰ ਵਿੱਚੋਂ ਨਿਕਲਿਆ ਹੈ। ਬਹੁਤ ਟੇਸਟੀ ਸਬਜ਼ੀ ਬਣਦੀ ਹੈ। ਪਾਣੀ ਪਾ ਕੇ ਆਪਾਂ ਇਹਨੂੰ ਧੋ ਲਾਂਗੇ ਚੰਗੀ ਤਰ੍ਹਾਂ, ਵੀ ਥੋੜ੍ਹੀ ਬਹੁਤੀ ਖਟਾਸ ਨਾ ਹੋਵੇ ਵਿੱਚ, ਕਿਉਂਕਿ ਜੀ ਗਰਮੀਆਂ ਬਹੁਤ ਨੇ। ਸਿੰਪਲ ਜੀ ਭੁਰਜੀ ਬਣਾਵਾਂਗੇ ਆਪਾਂ ਨੇ, ਅਤੇ ਇਹ ਇੰਨਾ ਸਾਰਾ ਪਨੀਰ ਆਪਣਾ ਨਿਕਲਿਆ ਹੈ। ਅਤੇ ਬਾਕੀ ਇਹਦੇ ਵਿੱਚ ਪਾਉਣੇ ਆਪਾਂ ਨੇ ਪਿਆਜ਼ ਲਏ ਨੇ, ਲਸਣ ਲਿਆ, ਅਦਰਕ ਵਗੈਰਾ ਨਹੀਂ ਪਾਉਣਾ ਹੈਗਾ ਕਿਉਂਕਿ ਗਰਮੀ ਬਹੁਤ, ਆਪਾਂ ਨੇ ਲਸਣ ਕਾਫ਼ੀ ਲੈ ਲਿਆ। 3-4 ਸ਼ਿਮਲਾ ਮਿਰਚਾਂ ਲਈਆਂ ਨੇ, ਹਰੀਆਂ ਮਿਰਚਾਂ ਲਈਆਂ ਨੇ, ਅਤੇ ਆਹ ਜਿਹੜੀਆਂ ਕੌੜੀਆਂ ਨਹੀਂ ਹੁੰਦੀਆਂ ਹਰੀਆਂ ਮਿਰਚਾਂ, ਪਿੱਛੇ ਲੱਗੀਆਂ ਹੋਈਆਂ ਸੀ ਆਪਣੇ ਬੈਕਗ੍ਰਾਉਂਡ 'ਚ, ਆਪਾਂ ਨੇ ਉਹ ਤੋੜ ਕੇ ਲੈ ਜਾਂਦੀਆਂ। ਅਤੇ ਬਸ ਆਹੀ ਆ, ਬਾਕੀ ਲੂਣ ਮਿਰਚ ਮਸਾਲਾ ਜੀਰਾ ਜੋ ਆਪਾਂ ਨੋਰਮਲ ਸਬਜ਼ੀਆਂ ਦੇ ਵਿੱਚ ਪਾਉਂਦੇ ਹਾਂ ਉਹ ਪਾਵਾਂਗੇ, ਅਤੇ ਹਰਾ ਧਨੀਆ ਹੁਣ ਆਪਣੇ ਕੋਲ ਫਿਲਹਾਲ ਹੈ ਨਹੀਂ, ਅਤੇ ਆਪਾਂ ਨੇ ਸੁਕਾ ਕੇ ਰੱਖਿਆ ਹੋਇਆ ਇਹ ਪਾਵਾਂਗੇ। ਅਤੇ ਹੁਣ ਆਪਾਂ ਕਰਦੇ ਹਾਂ ਤੜਕੇ ਦੀ ਤਿਆਰੀ। ਗਰਮੀ ਬਹੁਤ ਹੈ ਜੀ, ਆਪਾਂ ਨੇ ਜਲਦੀ ਬਣਾਉਣ ਕਰਕੇ ਦੋ ਫਰਾਈ ਪੈਨ ਰੱਖ ਲਏ, ਇੱਕ ਕੜਾਹੀ ਰੱਖ ਲਈ, ਇੱਕ ਪੈਨ ਰੱਖ ਲਿਆ, ਕਿਉਂਕਿ ਦੋਨੋਂ ਚੀਜ਼ਾਂ ਫਟਾਫਟ ਭੁੱਜ ਜਾਣਗੀਆਂ। ਤੇਲ ਆਪਣਾ ਕਾੜਿਆ ਹੋਇਆ, ਇਹ ਨਾ ਸੋਚਿਓ ਵੀ ਕੱਚੇ ਤੇਲ ਦੇ ਵਿੱਚ ਸਿੱਟਦਾ। ਅਤੇ ਆਪਾਂ ਇਹਦੇ ਵਿੱਚ ਫਰਾਈ ਪੈਨ ਦੇ ਵਿੱਚ ਮਿਰਚਾਂ ਥੋੜ੍ਹੀਆਂ ਜਿਹੀਆਂ ਪਹਿਲਾਂ ਫਰਾਈ ਜਿਹਾ ਕਰ ਲਾਂਗੇ, ਕਿਉਂਕਿ ਜਦੋਂ ਫਿਰ ਵਿੱਚ ਪਾਉਂਦੇ ਹਾਂ ਅਤੇ ਜ਼ਿਆਦਾ ਪਾਣੀ ਜਿਹਾ ਹੋ ਜਾਂਦਾ ਸਬਜ਼ੀ ਦੇ ਵਿੱਚ, ਇਸ ਕਰਕੇ ਆਪਾਂ ਇਹਨਾਂ ਨੂੰ ਪਹਿਲੇ ਫਰਾਈ ਕਰ ਲਾਂਗੇ। ਫਰਾਈ ਨਹੀਂ ਜਾਣੀ ਅਤੇ ਸੇਕਾ ਜਿਹਾ ਲਵਾ ਲੈਣਾ ਥੋੜ੍ਹਾ ਜਿਹਾ। ਅਤੇ ਬਾਕੀ ਆਪਾਂ ਨੇ ਲਸਣ ਵੀ ਆਪਣਾ ਤਾਜ਼ਾ ਅਤੇ ਪਿਆਜ਼ ਵੀ ਤਾਜ਼ੇ ਨੇ, ਇਕੱਠੀ ਪਾ ਦੇਣੇ ਨੇ ਦੋਨੋਂ ਚੀਜ਼ਾਂ। ਪਾਉਣਾ ਤੁਸੀਂ ਅਦਰਕ ਟਮਾਟਰ ਜੋ ਕੁਛ ਮਰਜ਼ੀ ਪਾ ਲਓ ਵਿੱਚ, ਪਰ ਟਮਾਟਰ ਦੇ ਨਾਲ ਵੀ ਦੇਸੀ ਟਮਾਟਰ ਹੁੰਦੇ ਨੇ, ਅੱਜ ਕੱਲ੍ਹ ਪਾਣੀ ਜਿਹਾ ਹੋ ਜਾਂਦਾ ਸਬਜ਼ੀ ਦੇ ਵਿੱਚ ਜ਼ਿਆਦਾ, ਪਰ ਆਪਾਂ ਨੇ ਬਿਲਕੁਲ ਸਿੰਪਲ ਜੀ ਬਣਾਉਣੀ ਹੈ। ਅਤੇ ਹੁਣ ਆਪਾਂ ਇਹਨਾਂ ਨੂੰ ਭੁੱਲਦੇ ਹਾਂ, ਉਨੀ ਦੇਰ ਸਾਡਾ ਕੈਮਰਾਮੈਨ ਪੱਖਾ ਚਲਾ ਕੇ ਬੈਠ ਸਕਦਾ, ਗਰਮੀ ਆ ਕਿਉਂਕਿ ਬਹੁਤ ਜ਼ਿਆਦਾ। ਅਤੇ ਲਸਣ ਅਤੇ ਪਿਆਜ਼ ਆਪਣੇ ਬਰਾਊਨ ਹੋ ਚੁੱਕੇ ਨੇ, ਅਤੇ ਹੁਣ ਆਪਾਂ ਇਹਦੇ ਵਿੱਚ ਜੀਰਾ ਪਾ ਦਿੰਦੇ ਹਾਂ। ਇਹ ਤੁਹਾਡੀ ਆਪਣੀ ਚੋਇਸ ਆ ਕਿ ਪਹਿਲਾਂ ਹੀ ਜੀਰਾ ਪਾ ਲੈਂਦੇ ਨੇ, ਪਰ ਫਿਰ ਲਸਣ ਪਿਆਜ਼ ਬਹੁਤ ਔਖਾ ਭੁੱਜਦਾ। ਅਤੇ ਉੱਧਰ ਮਿਰਚਾਂ ਵੀ ਆਪਣੀਆਂ ਚਿੜਚਿੜ ਕਰ ਰਹੀਆਂ ਨੇ, ਅਤੇ ਹੁਣ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਪਾ ਕੇ ਥੋੜ੍ਹੀਆਂ ਫਰਾਈ ਕਰ ਲੈਣੀਆਂ ਨੇ। ਮਿਰਚਾਂ ਬਹੁਤੇ ਰੌਲਾ ਪਾਉਂਦੀਆਂ ਹਨ। ਹਾਂਜੀ, ਅਤੇ ਆਪਣੀਆਂ ਮਿਰਚਾਂ ਵੀ ਜੀ ਭੁੱਜ ਚੁੱਕੀਆਂ ਨੇ, ਸ਼ਿਮਲਾ ਮਿਰਚਾਂ, ਅਤੇ ਆਪਣਾ ਮਸਾਲਾ ਵੀ ਬਿਲਕੁਲ ਭੁੱਜ ਗਿਆ। ਅਤੇ ਹੁਣ ਇਹਦੇ ਵਿੱਚ ਲੋੜੀਂਦੇ ਆਪਾਂ ਮਸਾਲੇ ਪਾ ਲੈਂਦੇ ਹਾਂ। ਸਭ ਤੋਂ ਪਹਿਲਾਂ ਆਪਾਂ ਹਲਦੀ ਪਾਵਾਂਗੇ, ਅਤੇ ਹੁਣ ਆਪਾਂ ਜਿਹੜੀਆਂ ਸ਼ਿਮਲਾ ਮਿਰਚਾਂ ਅਲੱਗ ਭੁੰਨ ਕੇ ਰੱਖੀਆਂ ਸੀ, ਦੇਖੋ ਕਿੰਨੀਆਂ ਵਧੀਆ ਭੁੱਜ ਗਈਆਂ ਹੈ, ਅਤੇ ਇਹਨਾਂ ਨੂੰ ਇਹਦੇ ਵਿੱਚ ਪਾ ਦੇਣਾ।
ਚੰਗੀ ਤਰ੍ਹਾਂ ਮਿਕਸ ਕਰਕੇ ਤੇ ਹੁਣ ਆਪਾਂ ਨੇ ਜਿਹੜਾ ਇਹ ਪਨੀਰ ਕੱਢਿਆ ਹੋਇਆ ਇਹਨੂੰ ਵਿੱਚ ਹੀ ਐਡ ਕਰ ਦੇਣਾ। ਇਹ ਸਾਰੀਆਂ ਚੀਜ਼ਾਂ ਮਿਕਸ ਕਰਕੇ ਅਤੇ ਨਮਕ ਅਤੇ ਮਸਾਲਾ ਬਾਅਦ 'ਚ ਪਾਵਾਂਗੇ ਆਪਾਂ। ਚਲੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਰਲ ਜਾਂਦਾ ਚੰਗੀ ਤਰ੍ਹਾਂ। ਅਤੇ ਹੁਣ ਪਾਵਾਂਗੇ ਇਹਦੇ ਵਿੱਚ ਨਮਕ ਸਵਾਦ ਅਨੁਸਾਰ, ਥੋੜ੍ਹਾ ਜਿਹਾ ਧਨੀਆ ਪਾਊਡਰ, ਥੋੜ੍ਹਾ ਜਿਹਾ ਗਰਮ ਮਸਾਲਾ। ਗਰਮ ਮਸਾਲਾ ਪਾਉਣਾ ਘੱਟ ਆ, ਗਰਮੀ ਬਹੁਤ ਜ਼ਿਆਦਾ ਹੋ ਗਈ। ਅਤੇ ਆਹ ਆਪਾਂ ਨੇ ਧਨੀਆ ਸੁਕਾ ਕੇ ਰੱਖਿਆ ਹੋਇਆ, ਇਹ ਵੀ ਹੁਣੇ ਵਿੱਚ ਮਿਕਸ ਕਰ ਦਾਂਗੇ ਕਿਉਂਕਿ ਇਹ ਸੁੱਕਾ ਫਿਰ ਚੰਗੀ ਤਰ੍ਹਾਂ ਨਾਲ ਹੀ ਹੋ ਜੂਗਾ। ਅਤੇ ਜੇ ਆਪਾਂ ਨੇ ਸਾਰਾ ਮਸਾਲੇ ਵਗੈਰਾ ਸਾਰਾ ਕੁਛ ਮਿਕਸ ਕਰਤਾ ਅਤੇ ਹੁਣ ਆਪਾਂ ਇਹਨੂੰ ਸਿਮ 'ਤੇ ਕਰਕੇ ਥੋੜ੍ਹੀ ਦੇਰ ਲਈ ਕਵਰ ਕਰਕੇ ਰੱਖ ਦਿੰਦੇ ਹਾਂ 2-3 ਮਿੰਟ ਲਈ, ਅਤੇ ਆਪਣੀ ਸਬਜ਼ੀ ਬਿਲਕੁਲ ਤਿਆਰ ਹੋ ਜਾਣੀ ਆ। ਅਤੇ ਆਪਾਂ ਮਿਲਾਂਗੇ ਹੁਣ ਖਾਣ ਟਾਈਮ। ਆ ਦੇਖੋ ਜੀ ਸਬਜ਼ੀ ਅਤੇ ਰੋਟੀਆਂ ਬਣਾਈ ਜਾ ਰਹੀਆਂ ਨੇ। ਹੈਲੋ ਹਾਪੀ, ਹਾਂਜੀ ਗਰਮੀ ਦੇ ਮਹੀਨੇ ਨਾ ਤਾਂ ਚਾਹ ਦੁੱਧ ਠੰਡਾ ਹੋ ਗਿਆ, ਹਾਂਜੀ ਸਬਜ਼ੀ ਤੇ ਰੋਟੀਆਂ ਠੰਡੀਆਂ ਹੋ ਗਈਆਂ, ਹਾਂਜੀ ਬਹੁਤ ਗਰਮ ਹੋ ਗਈ। ਦਰਸ਼ਨ ਹਾਂਜੀ, ਇਹ ਪਨੀਰ ਤੈਨੂੰ ਦਰਾਗ ਦੇਗਾ ਦੇਖੇ ਰਾਂਜੀ ਨੂੰ, ਹਾਂਜੀ ਪਤਾ ਨਹੀਂ ਹੈਗਾ ਤੈਨੂੰ ਕੀ ਹੈ, ਮੇਰੇ ਤਾਂ ਸ਼ਿਮਲਾ ਮਿਰਚ ਪਨੀਰ ਲੱਗਦਾ। ਇਹ ਹੋਇਆ ਜਿਹੜਾ ਮੱਖਣ ਬਣਾਉਂਦੇ ਹੁੰਦੇ ਆ ਉਹਦੇ ਥੱਲੇ ਵਾਲੇ ਸ਼ਿੱਦੀਆਂ ਦਾ, ਅਤੇ ਜਿਹੜੀ ਉਹਦੀ ਲੱਸੀ ਬਚਦੀ ਹੁੰਦੀ ਆ ਉਹਨੂੰ ਦਹੀਂ ਪਾ ਕੇ ਫਾੜ ਲਈ ਆ, ਉਹ ਪਨੀਰ ਹੈ ਨਿਊ ਰੈਸਪੀ। ਇਹ ਤਾਂ ਜਿਵੇਂ ਪਨੀਰ ਵਰਤ ਲੱਗਦਾ ਸਾਰਿਆਂ ਨੂੰ ਪਿਆਰ ਭਰੀ।